ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ, ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਕੱਲ ਲੁਧਿਆਣੇ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਚ ਗੱਲ ਕਰਦੇ ਆ ਜੀ। ਬੰਬ ਧਮਾਕਾ ਹੋਇਆ ਔਰ ਇਸ ਬੰਬ ਧਮਾਕੇ ਨੇ ਪੰਜਾਬੀਆਂ ਦੀ ਸੋਚ ਹਿਲਾ ਕੇ ਰੱਖ ਦਿੱਤੀ ਹੈ। ਦੇਖੋ, ਗੱਲ ਇਹ ਵੀ ਕਿ ਪੰਜਾਬ ਦੇ ਵਿੱਚ ਟੋਣਾ ਸਿਰ ਦੇ ਉੱਤੇ ਆ ਤੇ ਉਹਨਾਂ ਚੋਣਾਂ ਦੇ ਕਰਕੇ ਪਤਾ ਨੀ ਹਾਲੇ ਕੀ ਹੋਣਾ ਤੇ ਜੋ ਕੁਝ ਹੋ ਰਿਹਾ ਉਹ ਸੱਚੀ ਮੁੱਚੀ ਬੜਾ ਚਿੰਤਤ ਕਰਨ ਵਾਲਾ ਹੈਗਾ। ਤੁਸੀਂ ਦੇਖੋ ਵੀ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਇਹੀ ਕੁਝ ਵਾਪਰ ਰਿਹਾ ਸੀ ਜਿਹੜਾ ਕੁਝ ਹੁਣ ਵਾਪਰ ਰਿਹਾ। ਪਹਿਲਾਂ ਵੀ ਉਦੋਂ 2017 ਦੀਆਂ ਚੋਣਾਂ ਦੇ ਮੌਕੇ ਬੌੜ ਮੰਡੀ ਚ ਬੰਬ ਧਮਾਕਾ ਹੋਇਆ ਸੀ, ਪੈਟਕੀ ਚੋਣਾਂ ਤੋਂ ਪਹਿਲਾਂ ਤੇ ਇੱਥੇ ਲੁਧਿਆਣੇ ਦੇ ਕੋਟ ਕੰਪਲੈਕਸ ਦੇ ਵਿੱਚ ਹੋ ਗਿਆ। 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਬੇਅਦਬੀਆਂ ਹੁੰਦੀਆਂ ਸੀ, ਆ ਹੁਣ ਵੀ ਬੇਅਦਬੀ ਦੀਆਂ ਖਬਰਾਂ ਆਈ ਜਾਂਦੀਆਂ। ਸੋ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੇ ਲਈ ਪੂਰੀਆਂ ਪੂਰੀਆਂ ਕੋਸ਼ਿਸ਼ਾਂ ਤੇ ਸਾਜ਼ਿਸ਼ ਲੋਕ ਕਰ ਰਹੇ ਆ। ਪਤਾ ਨੀ ਉਹ ਕਿਹੜੇ ਲੋਕ ਆ ਤੇ ਕਦੋਂ ਲੱਭਣਗੇ ਤੇ ਕਦੋਂ ਲੱਕ ਪਾਊਗੀ ਤੇ ਕੀ ਕੁਝ ਹੋਊਗਾ। ਪਰ ਪੰਜਾਬ ਦੇ ਲੋਕ ਆ ਜਿਹੜੇ ਉਹ ਇੱਕ ਵਾਰ ਤੜਪ ਗਏ ਆ ਕਿ ਕਿਤੇ ਇਹ ਨਾ ਹੋਵੇ ਯਾਰ ਵੀ ਜੇਕਰ ਅੱਜ ਕੋਰਟ ਕੰਪਲੈਕਸ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਉੱਥੇ ਤਾਂ ਚਲੋ ਹਜ਼ਾਰਾਂ ਦੀ ਗਿਣਤੀ ਚ ਲੋਕ ਹੋਣਗੇ, ਪਰ ਪੰਜਾਬ ਦੇ ਤਾਂ ਇਹੋ ਜਿਹੇ ਬਾਜ਼ਾਰ ਵੀ ਹੈਗੇ ਆ, ਇਹੋ ਜਿਹੀਆਂ ਧਾਰਮਿਕ ਥਾਵਾਂ ਵੀ ਹੈਗੀਆਂ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹੁੰਦੇ ਆ। ਜੇ ਕੁਝ ਅਣਸੁਖਾਵਾਂ ਵਾਪਰਦਾ ਤਾਂ ਫਿਰ ਉਹਦੇ ਲਈ ਜ਼ਿੰਮੇਵਾਰ ਕੌਣ ਹੋਊਗਾ? ਸੋ ਪੰਜਾਬ ਦੇ ਵਿੱਚ ਜੋ ਇਸ ਵਕਤ ਹਾਲਾਤ ਬਣ ਰਹੇ ਆ ਰਾਜਨੀਤਿਕ ਤੌਰ ਦੇ ਉੱਤੇ, ਉਹ ਨਾ ਪੰਜਾਬ ਦੇ ਹਿੱਤ ਦੇ ਵਿੱਚ ਹੈ ਤੇ ਨਾ ਹੀ ਕਿਸੇ ਰਾਜਨੀਤਿਕ ਪਾਰਟੀ ਦੇ ਹਿੱਤ ਦੇ ਵਿੱਚ ਹੈ। ਜੇਕਰ ਮਾਹੌਲ ਵਿਗੜੀ ਗਿਆ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਦੂਰ ਹੋ ਸਕਦਾ ਹੈ। ਪਹਿਲੇ ਹੀ ਅਸੀਂ ਨੁਕਸਾਨਾਂ ਦੇ ਝੱਲੇ ਪਏ ਹਾਂ ਤੇ ਜੇਕਰ ਕੁਝ ਹੋਰ ਹੋ ਜਾਂਦਾ ਤੇ ਫਿਰ ਅਸੀਂ ਕਿੱਥੇ ਕਰਦੇ ਹੋਣਾ। ਅਗਲੀ ਮਹੱਤਵਪੂਰਨ ਗੱਲ ਇਹ ਹੈਗੀ ਹੈ ਵੀ ਕੇਂਦਰ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਕੋਲ ਜਵਾਬ ਤਲਬੀ ਕੀਤੀ ਗਈ ਹੈ, ਰਿਪੋਰਟ ਮੰਗੀ ਗਈ ਹੈ ਕਿ ਜੋ ਕੁਝ ਹੋ ਰਿਹਾ ਇਸ ਵੇਲੇ। ਉਸ ਤੋਂ ਅਗਲੀ ਗੱਲ ਇਹ ਆ ਵੀ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ, ਕਿਉਂਕਿ ਇਸ ਹਕੀਕਤ ਬਾਰੇ ਇਹ ਗੱਲ ਦੱਸੀ ਹੈ ਵੀ ਆਉਂਦੇ ਸਮੇਂ ਦੇ ਵਿੱਚ ਵੀ ਚੋਣਾਂ ਦੇ ਮੱਦੇਨਜ਼ਰ ਬਹੁਤ ਕੁਝ ਇਹੋ ਜਿਹਾ ਹੋਣ ਦੀ ਸੰਭਾਵਨਾ ਜਿਹੜਾ ਕਿ ਪੰਜਾਬੀਆਂ ਦੀ ਸੋਚ ਦੇ ਉੱਤੇ ਬਹੁਤ ਵੱਡੀ ਸੱਟ ਮਾਰ ਸਕਦਾ। ਸੋ ਸਾਰਾ ਕੁਝ ਚੰਗਾ ਰਹੇ ਇਹਦੀ ਕਾਮਨਾ ਕਰਦੇ, ਪਰ ਜਿਹੜੀ ਕੱਲ੍ਹ ਵਾਲੀ ਘਟਨਾ ਉਹਦੇ ਵਿੱਚੋਂ ਕੁਝ ਕੁ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ। ਇਹ ਗੱਲਾਂ ਮੇਨ ਰੂਪ ਦੇ ਵਿੱਚ ਇਹ ਹੈ ਵੀ ਜੋ ਕੁਝ ਹੋਇਆ ਇਹ ਸਾਰਾ ਕੁਝ ਰੋਕਿਆ ਵੀ ਸ਼ਾਇਦ ਜਾ ਸਕਦਾ ਸੀ ਜੇਕਰ ਪੁਲਿਸ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਈ ਜਾਵੇ। ਜਿਹੜੀ ਇਹ ਕੋਰਟ ਕੰਪਲੈਕਸ ਦਾ ਕੋਰਟ ਹੈ ਇਹਦੇ ਵਿੱਚ 12 ਦਰਵਾਜ਼ਾ ਸਾਨੂੰ ਤੁਸੀਂ ਅੰਦਰ ਐਂਟਰ ਕਰ ਸਕਦੇ, 11-12 ਦਰਵਾਜ਼ੇ ਹੈਗੇ ਆ ਤੇ ਉਧਰੋਂ ਛੋਟਾ ਜਿਹਾ ਗੇਟ ਕੱਢਿਆ ਤੇ ਉਧਰੋਂ ਕੋਈ ਉਧਰੋਂ ਕੋਈ ਉਧਰੋਂ, ਪਰ ਸਿਰਫ 2 ਦਰਵਾਜ਼ਿਆਂ ਦੇ ਉੱਤੇ ਮੈਟਲ ਡਿਟੈਕਟਰ ਲੱਗੇ ਹੋਏ ਆ। ਉਹ ਦੋਵੇਂ ਮੈਟਲ ਡਿਟੈਕਟਰ ਵੀ ਡੈਡ ਪਏ ਆ, ਖਰਾਬ ਹੋਏ ਗਏ ਆ, ਉਹ ਚੱਲਦੇ ਨਹੀਂ ਹੈਗੇ। ਸੋ ਬੇਸ਼ੱਕ ਉੱਥੇ 1500 ਦੇ ਕਰੀਬ ਵਕੀਲਾਂ ਦਾ ਚੈਂਬਰ ਬਣਿਆ ਗਿਆ, ਜੱਜਾਂ ਦਾ ਰੈਸਟ ਰੂਮ ਉੱਥੇ ਆ, ਅਦਾਲਤਾਂ ਉੱਥੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੇਸ਼ ਵੀ ਆਉਂਦੇ ਆ, ਕੈਦੀ ਆਉਂਦੇ ਆ, ਪਰ ਉੱਥੇ ਹੈ ਹੀ ਨਹੀਂ ਪ੍ਰਬੰਧ। ਪੁਲਿਸ ਗੇਟ ਦੇ ਉੱਤੇ ਬੈਠੀ ਹੁੰਦੀ ਆ, ਨਾ ਕਿਸੇ ਦੀ ਕੋਈ ਚੈਕਿੰਗ, ਨਾ ਕਿਸੇ ਦੇ ਕੋਲ ਕੋਈ ਪੁੱਛ ਕੇ, ਭਾਵੇਂ ਬੰਦਾ ਬੰਬ ਲੈ ਜੇ, ਭਾਵੇਂ ਨਸ਼ੇ ਲੈ ਕੇ ਧੋਲੇ 'ਚ ਪੱਸ ਤੁਰਿਆ ਫਿਰੇ, ਭਾਵੇਂ ਹੋਰ ਹਥਿਆਰ ਲੈ ਕੇ ਤੁਰਿਆ ਫਿਰੇ, ਕੋਈ ਪਰਵਾਹ ਨਹੀਂ। ਸੋ ਪੁਲਿਸ ਦੀ ਢਿੱਲ ਮਖਦੀ ਕਾਰਵਾਈ ਦੇ ਕਰਕੇ ਵੀ ਸਾਰਾ ਕੁਝ ਹੋਇਆ। ਸੋ ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਦੇ ਨਾਲ ਅੰਗਲੀ ਸੰਗਲੀ ਜੁੜਦੀ ਹੈ ਇਸ ਗੱਲ ਦੀ। ਸੋ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਰਹੇ, ਪੰਜਾਬ ਦੇ ਵਿੱਚ ਕੁਝ ਵੀ ਖਰਾਬ ਨਾ ਹੋਵੇ, ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹੀ ਘਟਨਾ ਨਾ ਵਾਪਰੇ, ਇਹ ਵੀ ਅਸੀਂ ਕਾਮਨਾ ਕਰਦੇ ਹਾਂ। ਪਰ ਕਈ ਰਾਜਨੀਤਿਕ ਲੋਕ ਇਹ ਵੀ ਗੱਲ ਕਹਿ ਰਹੇ ਆ ਵੀ ਇਹ ਪੰਜਾਬ ਦੀਆਂ ਚੋਣਾਂ ਨੂੰ ਅੱਗੇ ਟਾਲਣ ਦੀ ਇੱਕ ਸਾਜਿਸ਼ ਵੀ ਹੋ ਸਕਦੀ ਹੈ। ਸੋ ਦੇਖੋ ਆਉਂਦੇ ਸਮੇਂ ਦੇ ਵਿੱਚ ਕੀ ਨਤੀਜਾ ਆਉਂਦਾ ਜੀ। ਜੀ ਬਿਲਕੁਲ। ਤੇ ਸਰ, ਉਧਰ ਦੂਸਰੇ ਬੰਨੇ ਬਿਕਰਮ ਮਜੀਠੀਆ ਹੋਰਾਂ ਦੀ ਗੱਲ ਕਰਦੇ ਹਾਂ। ਬਿਕਰਮ ਮਜੀਠੀਆ ਨੇ ਅਗਾਊ ਜ਼ਮਾਨਤ ਦੀ ਅਰਜ਼ੀ ਲਗਾ ਦਿੱਤੀ ਹੈ। ਬਿਲਕੁਲ ਜੀ, ਅਗਾਊ ਜ਼ਮਾਨਤ ਦੀ ਅਰਜ਼ੀ ਹੈ ਜਿਹੜੀ ਉਹ ਕੱਲ੍ਹ ਲਾਈ ਸੀ, ਪਰ ਇਹਦੇ ਉੱਤੇ ਕੱਲ੍ਹ ਕੋਈ ਨਤੀਜਾ ਨਹੀਂ ਆਇਆ, ਕਿਉਂਕਿ ਦੋਨਾਂ ਧਿਰਾਂ ਦੇ ਵਕੀਲਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਬਹਿਸ ਵੀ ਕੀਤੀ ਗਈ ਹੈ। ਬਿਕਰਮ ਸਿੰਘ ਮਜੀਠੀਆ ਹਾਲੇ ਤੱਕ ਲੱਭਿਆ ਜੀ, ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਵਿੱਚ ਹੀ ਹੈ ਜਾਂ ਪੰਜਾਬੋਂ ਬਾਹਰ ਕਿਸੇ ਹੋਰ ਸੂਬੇ ਦੇ ਵਿੱਚ ਹੈ, ਇਹਦੇ ਬਾਬਤ ਵੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਪਹਿਲਾਂ ਪੁਲਿਸ ਪੰਜਾਬ ਦੀ ਇੱਥੇ ਲੱਭਦੀ ਰਹੀ, ਫਿਰ ਰਾਜਸਥਾਨ ਦੇ ਵਿੱਚ ਛਾਪੇਮਾਰੀ ਹੋਈ, ਹੁਣ ਯੂਪੀ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ। ਤੀਜਾ ਕਸਬਾ ਜਿਹੜਾ ਅੱਜ ਜਦ ਪਰਚਾ ਦਰਜ ਹੋ ਗਿਆ ਤੇ ਪੰਜਾਬ ਦੀ ਪੁਲਿਸ ਵੀ ਤੇ ਪੰਜਾਬ ਦੀ ਸਰਕਾਰ ਵੀ ਇਸ ਮਾਮਲੇ 'ਚ ਕਿਰਕ ਨਹੀਂ ਹੋ ਰਹੀ ਹੈ ਵੀ ਮਜੀਠੀਆ ਲੱਭੇਗੀ। ਲੁਕਆਊਟ ਨੋਟਿਸ ਦਾ ਵੀ ਕੋਈ ਫਾਇਦਾ ਨਹੀਂ, ਕਿਉਂਕਿ ਕੋਈ ਜਨ ਦਾ ਪਤਾ ਹੀ ਨਹੀਂ ਲੱਗਿਆ ਵੀ ਹੈ ਕਿੱਥੇ। ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਕੀਲਾਂ ਦੇ ਰਾਹੀਂ ਇਹ ਜ਼ਮਾਨਤ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਲਾਈ ਹੈ ਲੰਘੇ ਕੱਲ੍ਹ ਮੋਹਾਲੀ ਦੀ ਅਦਾਲਤ ਦੇ ਵਿੱਚ। ਦੋਨਾਂ ਧਿਰਾਂ ਦੇ
ਵਕੀਲਾਂ ਨੇ ਵੱਲੋਂ ਬਹਿਸ ਕੀਤੀ ਗਈ ਹੈ। ਮਜੀਠੀਏ ਦੇ ਵਕੀਲਾਂ ਨੇ ਇਹ ਗੱਲ ਕਹੀ ਹੈ ਕਿ ਰਾਜਨੀਤਿਕ ਬਦਲਾ ਥੋੜੀ ਦੇ ਤਹਿਤ ਸਾਰਾ ਕੁਝ ਕੀਤਾ ਗਿਆ। ਮਜੀਠੀਏ ਦਾ ਕਸੂਰ ਕੋਈ ਨਹੀਂ, ਸਬੂਤ ਕੋਈ ਨਹੀਂ, ਪਰ ਫਿਰ ਵੀ ਇਹਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਜਿਹੜੇ ਸਰਕਾਰ ਦੇ ਪੱਖੋਂ ਵਕੀਲ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਪੁਰਾਣੇ ਬਿਆਨਾਂ ਦੇ ਆਧਾਰ ਦੇ ਉੱਤੇ ਅਸੀਂ ਇਹ ਪਰਚਾ ਦਰਜ ਕੀਤਾ, ਇਹਨੂੰ ਜ਼ਮਾਨਤ ਨਾ ਦਿੱਤੀ ਜਾਵੇ। ਤੋਂ ਲੰਬੇ ਕੱਲ ਅਦਾਲਤ ਨੇ ਆਪਣਾ ਫੈਸਲਾ ਯਾਨੀ ਕਿ ਵੀਰਵਾਰ ਨੂੰ ਸੁਰੱਖਿਅਤ ਰੱਖ ਲਿਆ ਸੀ। ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਇਹਦੇ ਉੱਤੇ ਮੁੜ ਕੇ ਸੁਣਵਾਈ ਹੋਣੀ ਹੈ। ਇਹ ਹੁਣ ਅੱਜ ਆਖਰ ਤੱਕ ਪਤਾ ਲੱਗੇਗਾ ਵੀ ਜ਼ਮਾਨਤ ਮਿਲਦੀ ਹੈ ਜਾਂ ਫਿਰ ਨਹੀਂ ਮਿਲਦੀ। ਜੇ ਜ਼ਮਾਨਤ ਮਿਲ ਜਾਂਦੀ ਹੈ ਤਾਂ ਫਿਰ ਅਕਾਲੀ ਦਲ ਆ ਜਿਹੜਾ ਉਹਦਾ ਉਭਾਰ ਹੋਊਗਾ, ਤੇ ਜੇਕਰ ਨਹੀਂ ਮਿਲਦੀ ਤਾਂ ਕੀ ਵਿਕਰਮ ਸਿੰਘ ਮਜੀਠੀਆ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਉਸ ਤੋਂ ਬਾਅਦ ਅਰਜ਼ੀ ਲਾਊ, ਇਹਦੇ ਵੱਲ ਸਭ ਦੀ ਨਿਗਾਹ ਕੀਤੀ ਰਹਿਣੀ ਹੈ। ਪਰ ਰਾਜਨੀਤੀ ਇਸ ਮਾਮਲੇ ਦੇ ਕਿਤੇ ਵੀ ਸਿਖਰ ਤੇ ਹੈ। ਕਾਂਗਰਸ ਇਹ ਗੱਲ ਕਹਿੰਦੇ ਵੀ ਹੁਣ ਦੇਖੋ ਵਿਕਰਮ ਮਜੀਠੀਆ ਭੱਜਿਆ ਕਰਦਾ, ਤਾਂ ਅਕਾਲੀ ਇਹ ਗੱਲ ਕਹਿੰਦੇ ਵੀ ਭਾਈ ਧੱਕਾ ਕੀਤਾ ਭਾਜੀ ਮੋੜਾਂਗੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਬਦਲਾਪੁਰ ਦੀ ਨੀਤੀ ਤਹਿਤ ਪਰਚਾ ਦਰਜ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਇਹ ਤਿਰੰਗਲੀ ਨੋਟ ਖੇਡਦੇ ਆ, ਸਭ ਕੁਝ ਪਤਾ ਸੀਗਾ ਵੀ ਭਾਈ ਕਦੋਂ ਕਿੰਨੇ ਵੱਜ ਕੇ ਕਿੰਨੇ ਵੱਜ ਕੇ ਕੀ ਕਰਨਾ, ਇਹ ਇੱਕ ਡਰਾਮੇਬਾਜ਼ੀ ਹੋ ਰਹੀ ਹੈ ਜੀ। ਪਰ ਸਰ ਇੱਕ ਚੀਜ਼ ਦੀ ਬੜੀ ਹੈਰਾਨੀ ਹੈ ਕਿ ਵਾਰ ਵਾਰ ਅਕਾਲੀ ਆਗੂਆਂ ਦੇ ਵੱਲੋਂ ਇਹ ਬਿਆਨ ਆ ਰਿਹਾ ਹੈ ਕਿ ਅਸੀਂ ਕਾਂਗਰਸੀਆਂ ਨੂੰ ਭਾਜੀ ਮੋੜਾਂਗੇ। ਇਹਦਾ ਮਤਲਬ ਤਾਂ ਇਨਡਾਇਰੈਕਟਲੀ ਇਹੀ ਹੋਇਆ ਨਾ ਕਿ ਉਹਨਾਂ ਦੇ ਕੋਲ ਵੀ ਅਕਾਲੀਆਂ ਦਾ ਅਕਾਲੀ ਦਲ ਦੇ ਕੋਲ ਵੀ ਕਾਂਗਰਸੀਆਂ ਦੇ ਕੋਈ ਨਾ ਕੋਈ ਲੂਪ ਹੋਲ ਹੈਗੇ ਨੇ ਜਿਨ੍ਹਾਂ ਦੇ ਬਾਰੇ ਚ ਉਹ ਇਨਡਾਇਰੈਕਟਲੀ ਗੱਲ ਕਰ ਰਹੇ ਨੇ। ਤੇ ਜੇਕਰ ਇੱਕ ਦੂਸਰੇ ਦੀਆਂ ਇੱਦਾਂ ਦੁੱਖ ਦੀਆਂ ਰਗਾਂ ਦੇ ਬਾਰੇ ਚ ਪਤਾ ਹੈ ਤੇ ਫਿਰ ਇਮਾਨਦਾਰੀ ਦੇ ਨਾਲ ਕਿਉਂ ਨੀ ਕਾਰਵਾਈ ਕੀਤੀ ਜਾਂਦੀ, ਬਦਲਾਖੋਰੀ ਕਿਉਂ ਹੈ? ਦੇਖੋ ਗੱਲ ਇਹ ਹੈ ਵੀ ਇਹ ਤੇ ਪਹਿਲੀ ਵਾਰ ਥੋੜੀ ਹੋਇਆ। ਇਮਾਨਦਾਰੀ ਹੈ ਕਿੱਥੇ ਰਾਜਨੀਤੀ ਦੇ ਵਿੱਚ? ਇਮਾਨਦਾਰੀ ਹੈ ਕਿੱਥੇ? ਨਾ ਕੋਈ ਇਮਾਨਦਾਰੀ ਨਹੀਂ ਸਾਰਾ ਪੰਜਾਬ ਜਾਂ ਦੇਸ਼ ਦੀ ਰਾਜਨੀਤੀ ਤੇ ਬਾਕੀ ਬਾਕੀ ਇਮਾਨਦਾਰੀ ਨਹੀਂ। ਸੋ ਸਾਰੀਆਂ ਧਿਰਾਂ ਨੂੰ ਇੱਕ ਦੂਜੇ ਬਾਰੇ ਸਭ ਕੁਝ ਪਤਾ। ਤੁਸੀਂ ਇਹ ਦੇਖੋ ਵੀ ਜਿਹੜੇ ਲੋਕਾਂ ਨੇ ਪਹਿਲਾਂ ਕਾਰੋਬਾਰ ਚੱਲਦੇ ਸੀ, ਕਾਰੋਬਾਰ ਤਾਂ ਉਹਨਾਂ ਦੇ ਵੀ ਅੱਗੇ ਉਵੇਂ ਚੱਲਦੇ ਆ। ਜਿਹੜੇ ਲੋਕਾਂ ਨੇ ਅੱਜ ਚੱਲਦੇ ਆ ਤੇ ਸਰਕਾਰ ਬਦਲੀ ਹੈ ਤੇ ਕੱਲ੍ਹ ਨੂੰ ਉਹਨਾਂ ਨੇ ਉਵੇਂ ਚੱਲੀ ਜਾਣੇ ਆ। ਬਹੁਤ ਸਾਰੇ ਅਕਾਲੀ ਆਗੂ ਤੇ ਕਾਂਗਰਸੀ ਤਾਂ ਇਹੋ ਜਿਹੇ ਆ ਜਿਨ੍ਹਾਂ ਦੇ ਧੀਆਂ ਪੁੱਤ ਇੱਕ ਦੂਜੇ ਦੇ ਘਰ ਦੇ ਵਿੱਚ ਵਿਆਹੇ ਹੋਏ ਆ। ਇਹ ਤਾਂ ਅਸੀਂ ਵੀ ਲੜਨ ਵਾਲੇ ਹਾਂ, ਉਹਨਾਂ ਦੇ ਤਾਂ ਬਹੁਤ ਸਾਂਝਾ ਹੋਗਾ। ਉਹ ਤਾਂ ਫਰੈਂਡਲੀ ਮੈਚ ਸ਼ੁਰੂ ਤੋਂ ਖੇਡਦੇ ਆ। ਇਹ ਸਾਡੇ ਵਰਗੇ ਲੋਕ ਥੋੜੀ ਆ ਕਿ ਅਸੀਂ ਮੁਹੱਲੇ ਦੇ ਵਿੱਚ ਤੇ ਪੱਤੀ ਦੇ ਵਿੱਚ ਦੁਸ਼ਮਣੀ ਪਾਣੀ ਚੱਕਰ ਨੂੰ ਪੀੜੀਆਂ ਚੱਲੀ ਜਾਣੀ ਆ। ਉਹ ਬੜੇ ਸਿਆਣੇ ਆ ਉਹ ਲੋਕ, ਉਹ ਤੁਹਾਡੇ ਸਾਹਮਣੇ ਰੈਲੀਆਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਵਾਰ ਕਰਦੇ ਆ, ਉਹ ਚਾਹੁੰਦਾ ਸਾਨੂੰ ਰੋਟੀ ਜੱਟੇ ਖਾਂਦੇ ਹੋਣ। ਸੋ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝਣ ਵੀ ਆਪਾਂ ਵੀ ਕਿਉਂ ਲੜਨਾ, ਆਪਾਂ ਵੀ ਇਕੱਠੇ ਕਿਉਂ ਨੀ ਰਹਿੰਦੇ, ਆਪਾਂ ਵੀ ਕਿਹੜੀ ਗੱਲੋਂ ਦੁਸ਼ਮਣੀ ਆ ਭਰਨੇ ਜੀ। ਬਿਲਕੁਲ ਸਰ, ਉਧਰ ਕਿਸਾਨ ਜਥੇਬੰਦੀਆਂ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਮੀਟਿੰਗ ਕੀਤੀ ਹੈ ਜੀ। ਹਾਂ ਬਿਲਕੁਲ ਜੀ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੱਲ੍ਹ ਮੀਟਿੰਗ ਕੀਤੀ ਗਈ ਹੈ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਨਾਲ, ਤੇ ਗਰਾਮਾ ਗਰੁੱਪ ਨੇ ਵੱਖਰੀ ਮੀਟਿੰਗ ਕੀਤੀ ਹੈ, ਬਾਕੀ ਜਥੇਬੰਦੀਆਂ ਨੇ ਵੱਖਰੀ ਕੀਤੀ ਹੈ। ਤੇ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਜਿਹੜੀਆਂ ਕਿਸਾਨਾਂ ਦੀਆਂ ਪੰਜਾਬ ਦੇ ਕਿਸਾਨਾਂ ਦੀਆਂ ਪੁਰਾਣੀਆਂ ਮੰਗਾਂ ਚਟਕ ਲਈਆਂ, ਅਸੀਂ ਉਹਦੇ ਵਾਸਤੇ ਗਏ ਸੀ। ਜ਼ਮੀਨਾਂ ਦੀ ਕੁਰਕੀ ਦਾ ਮਾਮਲਾ, ਕਰਜ਼ੇ ਦੀ ਮਾਫ਼ੀ ਦਾ ਮਾਮਲਾ, ਤੇ ਪਤਾ ਲੱਗਾ ਜੀ ਕਿ ਸਾਡੇ ਅਗਲੀ ਮੀਟਿੰਗ ਹੈ ਜਿਹੜੀ ਬੁੱਧਵਾਰ ਰੱਖੀ ਗਈ ਹੈ, ਪਰ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਇਹ ਗੱਲ ਚੰਨੀ ਹੋਰਾਂ ਨੇ ਜ਼ਰੂਰ ਕਹਿਤੀ ਹੈ ਵੀ ਸਾਰਾ ਕਰਜ਼ਾ, ਮੁਕੰਮਲ ਕਰਜ਼ਾ ਮਾਫ਼ ਨਹੀਂ ਹੋ ਸਕਦਾ, ਉਹਦੇ ਲਈ ਬਜਟ ਨਹੀਂ ਬਣੇਗਾ, ਉਹਦੇ ਵਾਸਤੇ ਹੋਰ ਵੀ ਕੋਈ ਰੂਪਰੇਖਾ ਹੋਵੇਗੀ। ਇਸ ਕਰਕੇ 1200 ਕਰੋੜ ਰੁਪਇਆ ਕਰਜ਼ਾ ਮਾਫ਼ੀ ਲਈ ਜਾਰੀ ਕਰਨ ਦੀ ਗੱਲ ਕੀਤੀ ਗਈ ਹੈ। 5 ਏਕੜ ਤੋਂ ਘੱਟ ਜ਼ਮੀਨ ਵਾਲੇ ਜਿਹੜੇ ਲੋਕ ਆ ਇਹਨਾਂ ਨੂੰ ਕਰਜ਼ਾ ਮਾਫ਼ੀ ਹੋਊਗੀ, ਇਹ ਗੱਲ ਕਹੀ ਗਈ ਆ। ਫਿਰ ਕਿਸਾਨਾਂ ਨੇ ਇਹ ਗੱਲ ਕੀਤੀ ਹੈ ਕਿ ਜੋ ਨਰਮਾ ਬਰਬਾਦ ਹੋਇਆ ਗੁਲਾਬੀ ਸੁੰਡੀ ਦੇ ਕਰਕੇ, ਤੁਸੀਂ ਇਹ ਗੱਲ ਕਹਿੰਦੇ ਵੀ 17,000 ਰੁਪਏ ਏਕੜ ਦੇਵਾਂਗੇ, ਦੇਵੋਂਗੇ ਕਦੋਂ? ਦੇਣਾ ਤਾਂ ਨਿਕਲ ਗਿਆ, ਹੁਣ ਤੁਹਾਡੇ ਰਾਬਤਾ ਲੱਗ ਜਾਣਾ। ਇਹ ਕਹਿੰਦੇ ਬਹੁਤ ਜਲਦ ਜਾਰੀ ਕਰ ਦਿੰਦੇ ਆ। ਫਿਰ ਜਿਹੜੇ ਕਿਸਾਨਾਂ ਉੱਤੇ ਪਰਚੇ ਦਰਜ ਹੋਏ ਆ ਅੰਦੋਲਨ ਦੇ ਚੱਲਦੇ ਆ, ਇਹ ਕਿਉਂ ਨੀ ਰੱਦ ਕੀਤੇ ਜਾਂਦੇ? ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋਈ ਆ, ਚੰਨੀ ਹੋਰਾਂ ਨੇ ਕਹਿ ਦਿੱਤੇ ਇਹ ਪਰਚੇ ਬਹੁਤ ਜਲਦ ਰੱਦ ਕੀਤੇ ਜਾ ਰਹੇ ਆ, ਕਈ ਰੱਦ ਕਰ ਵੀ ਦਿੱਤੇ ਗਏ ਆ, ਕਈਆਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਆ। ਸੋ ਅਗਲੀ ਮੀਟਿੰਗ ਹੈ ਜਿਹੜੀ ਬੁੱਧਵਾਰ ਨੂੰ ਰੱਖੀ ਗਈ ਹੈ, ਬੁੱਧਵਾਰ ਦੀ ਮੀਟਿੰਗ ਦੇ ਵਿੱਚ ਵੀ ਕੋਈ ਨਾ ਕੋਈ ਜੋਮੇਵਾਰ ਕਮੇਟੀ ਵੀ ਝਾੜੀ ਜਾਣੀ ਆ। ਤੇ ਵੈਸੇ ਕਿਸਾਨ ਜਿੱਥੇ ਬਣੇਗਾ, ਚਲੋ ਸਰਗਰਮ ਤਾਂ ਹੈਗੀਆਂ ਇਸ ਗੱਲ ਦੀ ਤਸੱਲੀ ਆ, ਤੇ ਪਹਿਲਾਂ ਇਸ ਗੱਲ ਦਾ ਰੌਲਾ ਪਿਆ ਸੀਗਾ ਵੀ ਭਾਈ ਚੰਨੀ ਨਾਲ ਮੀਟਿੰਗ ਕਰਨੀ ਨੀ ਕੋਈ ਜਥੇਬੰਦੀਆਂ ਨੇ ਕਿਹਾ ਸੀ, ਪਰ ਕੱਲ੍ਹ ਚਲੋ ਚੰਗੀ ਗੱਲ ਆ ਮੀਟਿੰਗ ਹੋ ਗਈ ਹੈ, ਮੀਟਿੰਗ ਦੇ ਵਿੱਚੋਂ ਕੁਝ ਨਿਕਲ ਕੇ ਆਵੇ, ਕਿਸਾਨੀ ਦੇ ਕੁਝ ਪੱਲੇ ਪਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ। ਬਿਲਕੁਲ, ਤੇ ਸਰ ਉਧਰ ਬ੍ਰਹਮਪੁਰਾ ਸਾਹਿਬ ਫਿਰ ਤੋਂ ਅਕਾਲੀ ਦਲ ਚ ਵਾਪਸ ਆ ਗਏ ਨੇ। ਸਰ ਮੈਂ ਤਾਂ ਖੁਦ ਇਸ ਗੱਲ ਦੇ ਉੱਤੇ ਹੈਰਾਨ ਹਾਂ ਵੀ ਉਹਨਾਂ ਦੇ ਇਸ ਮੋੜ ਦੇ ਉੱਤੇ ਵੀ ਦਸਾਂ ਦਿਨੋਂ ਬਾਜੀ ਪਲਟਣਾ ਜਾਂ ਪਲਟੀ ਮਾਰਦਾ, ਇਹ ਸ਼ਬਦ ਵਰਤਾ ਮੈਂ, ਤੇ ਉਹਦੇ ਉੱਤੇ ਹੈਰਾਨੀ ਹੋਵੇਗੀ ਕਿਉਂ ਨਾ? ਆਪਾਂ ਕਹਿੰਦੇ ਵੀ ਚਲੋ ਨਵੇਂ ਮੁੰਡੇ ਖੁੰਡੇ ਗਏ ਜਿਹੜੇ, ਉਹ ਇਸ ਕਰਕੇ ਕਾਲ ਮਾਰ ਕੇ ਉੱਧਰ ਹੁੰਦੇ ਇੱਧਰ ਹੁੰਦੇ ਆ, ਉਹ ਆਪਦਾ ਰਾਜਨੀਤਿਕ ਭਵਿੱਖ ਸੁਰੱਖਿਅਤ ਲੰਘੇ ਆ। ਪਰ ਜਿਸ ਤਰ੍ਹਾਂ ਅੱਜ ਬ੍ਰਹਮਪੁਰਾ ਸਾਹਿਬ ਦੀ ਸੁਰੱਖਿਅਤ ਨਹੀਂ ਹੈਗੇ ਤਾਂ ਫਿਰ ਘਰ ਦੀ ਰਾਤਾ, ਫਿਰ ਰਾਜਨੀਤੀ ਦਾ ਕੀ ਬਣਨਾ? ਮੈਨੂੰ ਤਾਂ 250 ਸਾਲ ਵਾਲੀਆਂ ਗੱਲਾਂ
ਪੂਰਾ ਕੀਤੇ ਆ। ਜਦੋਂ ਬ੍ਰਹਮਪੁਰਾ ਸਾਹਿਬ ਇਹ ਗੱਲ ਕਹਿ ਕੇ ਪਾਸੇ ਹੋਏ ਸੀ ਅਕਾਲੀ ਦਲ ਤੋਂ ਵੀ ਭਾਈ ਹੁਣ ਤਾਂ ਅਕਾਲੀ ਦਲ ਕਾਰਪੋਰੇਟ ਕੰਪਨੀ ਬਣ ਗਈ ਹੈ, ਇਹਨਾਂ ਨੇ ਜਿਹੜੇ ਨਵੀਂ ਪੀੜ੍ਹੀ ਹੈ ਤਸਵੀਰ ਹੋ ਰਹੀ, ਇਹਨਾਂ ਨੇ ਅਕਾਲੀ ਦਲ ਨੂੰ ਬਰਬਾਦ ਕਰਤਾ, ਅਕਾਲੀਆਂ ਦੀ ਕਦਰ ਕੋਈ ਨਹੀਂ ਰਹੀ, ਇਹਨਾਂ ਨੂੰ ਪਤਾ ਕੋਈ ਨਹੀਂ ਗਾ, ਇਹਨਾਂ ਨੂੰ ਸਭ ਕੁਛ ਬੜੀ ਬਣਾਈ ਮਿਲੀ ਹੈ। ਜਦੋਂ ਸਾਡੇ ਸਿਰ ਨੇ ਉੱਤੇ ਰਹਿ ਕੇ ਕੰਮ ਕਰਨਾ ਤੇ ਅਸੀਂ ਹਕੂਮਤ ਵੀ ਝੱਲਦੇ ਕਿਸੇ ਦੀ, ਤੇ ਅਸੀਂ ਫਿਰ ਵੱਖਰਾ ਟਕਸਾਲੀ ਦਲ ਬਣਾ ਲਿਆ। ਉਸ ਟਕਸਾਲੀ ਦਲ ਦੇ ਵਿੱਚ ਸੇਵਾ ਸਿੰਘ ਸੇਖਵਾਂ ਵੀ ਸੀ, ਇਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਵੀ ਸੀ, ਜਰਨੈਲ ਸਿੰਘ ਪੀਰ ਮੁਹੰਮਦ ਵੀ ਸੀ ਤੇ ਹੋਰ ਵੀ ਕਈ ਸੀ। ਹੁਣ ਜਿਹੜੀ ਨਵੀਂ ਗੱਲ ਆਈ ਵੀ ਸੁਖਦੇਵ ਸਿੰਘ ਢੀਂਡਸਾ ਭਾਜਪਾ ਨਾਲ ਜੁੜ ਰਹੇ ਆ, ਸੇਵਾ ਸਿੰਘ ਸੇਖਵਾਂ ਦੀ ਲੁੱਟ ਹੋ ਗਈ, ਮੌਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜ ਗਏ, ਤੇ ਬ੍ਰਹਮਪੁਰਾ ਹੋਈ ਤਾਂ ਅਕਾਲੀ ਦਲ ਦੇ ਵੱਲ ਵਾਪਸ ਆ ਗਏ ਆ ਤੇ ਪੀਰ ਮੁਹੰਮਦ ਹੋਰੀ ਵੀ ਨਾਲ ਆ ਗਏ ਆ। ਹੁਣ ਸਵਾਲ ਅਗਲਾ ਇਹ ਆ ਵੀ ਪੰਜਾਬ ਦੇ ਵਿੱਚ ਨਵੇਂ ਬਣੇ ਦਲਾਂ ਦੀ ਹੋਂਦ ਕੀ ਆ, ਇਹਨਾਂ ਦੇ ਕੀ ਵਜੂਦ ਕੀ ਆ? ਮੇਰੇ ਖਿਆਲ ਦੇ ਮੁਤਾਬਕ ਕੋਈ ਵਜੂਦ ਨਹੀਂ ਗਾ ਇਹਨਾਂ ਦਾ, ਜਿਸ ਤਰੀਕੇ ਦੇ ਨਾਲ ਇਹ ਚੱਲਦੇ ਆ, ਕਿਉਂਕਿ ਇਕੱਲਾ ਦਲ ਬਣਾ ਕੇ ਰਹਿ ਜਾਣਾ ਤੇ ਤੁਸੀਂ ਕਿਹੜਾ ਇੱਥੇ ਕੋਈ ਮਦਰ ਟੈਸਟਾਂ ਨੂੰ ਕੰਮ ਕੀਤੇ ਵੀ ਭਾਈ ਤੁਹਾਡੀ ਚਰਚਾ ਵੈਸੀ ਹੋ ਗਈ, ਉਹਦੇ ਲਈ ਪੰਜਾਬ ਦੇ ਵਿੱਚ ਜਾ ਕੇ ਆਪਦੀ ਸਰਗਰਮੀ ਤਾਂ ਵਧਣੀ ਪਾਉਂਦੀ ਨਾ, ਇਕੱਲੇ ਇਕੱਲੇ ਪਿੰਡ ਚ ਜਾਣਾ, ਇਕੱਲੇ ਇਕੱਲੇ ਸ਼ਹਿਰ ਕਸਬੇ ਚ ਜਾਣਾ, ਪਾਰਟੀ ਬਣਾ ਲਈ ਬਾਅਦ ਦੇ ਵਿੱਚ ਗੱਲ ਖਤਮ। ਫਿਰ ਥੋੜਾ ਮੇਰੇ ਆਦਮੀਆਂ ਕਹਿਣਗੇ ਵੀ ਅਸੀਂ ਬੰਦੇ ਖੜੇ ਕਰਾਂਗੇ, ਫਿਰ ਉਹ ਹਾਰ ਜਾਂਦੇ ਆ ਕਹਿਣਗੇ ਹੁਣ ਅਮਰਸਦ ਕਰਾਂਗੇ, ਆਹ ਡਰਾਮੇਬਾਜ਼ੀ ਰਹਿ ਗਈ ਆ। ਤੇ ਉਹ ਬ੍ਰਹਮਪੁਰਾ ਹੋਰਾਂ ਨੇ ਜਿਹੜੀ ਪਾਰਟੀ ਬਣਾਈ ਟਕਸਾਲੀ ਦਲ, ਉਸ ਤੋਂ ਬਾਅਦ ਡੈਮੋਕਰੇਟਿਕ ਦਲ ਹੋ ਗਿਆ, ਤੇ ਟਕਸਾਲੀ ਦਲ ਦਾ ਵਜੂਦ ਹੀ ਕੋਈ ਨਹੀਂ ਰਿਹਾ ਜਿਹਦੇ ਚੋਣਾਂ ਦੇ ਵਿੱਚ ਬੰਦੇ ਦਾ 13 ਨਹੀਂ ਖੜੇ ਕੀਤੇ ਗਏ 1919 ਦੀਆਂ ਚੋਣਾਂ ਦੇ ਵਿੱਚ। ਸੋ ਇਹ ਬਿਲਕੁਲ ਉਹ ਗੱਲਾਂ ਵੀ ਭਾਈ ਪਾਰਟੀਆਂ ਬਣਦੀਆਂ ਟੁੱਟ ਜਾਂਦੀਆਂ ਝੜਕ ਜਾਂਦੀਆਂ, ਤੇ ਜਿਹੜੇ ਇਹ ਸਮਝੌਤੇ ਹੁੰਦੇ ਆ ਵੀ 3-4-5 ਨੇਤਾ ਇਕੱਠੇ ਹੋ ਗਏ, ਇਹ ਅਸਲ 'ਚ ਲੋੜ ਦੇ ਸੌਦੇ ਹੁੰਦੇ ਆ, ਇਹਦੇ ਵਿੱਚ ਕੋਈ ਤੁਹਾਡੀ ਸੋਚ ਦਾ ਮਿਲਾਨ ਨਹੀਂ ਹੁੰਦਾ ਵੀ ਤੁਸੀਂ ਸੋਚ ਇੱਕ ਰੱਖਦੀ ਆ ਤਾਂ ਕਰਕੇ ਇਕੱਠੇ ਹੋਏ ਆ। ਜੇ ਸੋਚ ਇੱਕ ਹੋਵੇ ਤਾਂ ਫਿਰ ਜਿਹੜਾ ਆਹ ਖਲਾਰਾ ਪਿਆ ਕਿ ਬ੍ਰਹਮਪੁਰਾ ਸਾਹਿਬ ਵਾਪਸ ਆ ਕੇ ਗੱਲ ਕਹਿ ਰਹੇ ਆ ਕਿ ਵੀ ਸੁਖਬੀਰ ਬਾਦਲ ਵੀ ਬਹੁਤ ਨਿਕਲਦਾ ਮੁੰਡਾ, ਵੱਡੇ ਬਾਦਲ ਸਾਹਿਬ ਦੇ ਨਾਲ ਮੇਰਾ ਮੇਲ ਦੁਬਾਰਾ ਹੋਇਆ, ਅਸੀਂ ਭਰਾ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਇਕੱਠੇ ਹੋ ਕੇ। ਮੈਨੂੰ ਬੜੀ ਖੁਸ਼ੀ ਆ ਕਿ ਮੈਂ 50 ਸਾਲ ਅਕਾਲੀ ਦਲ ਨੂੰ ਦਿੱਤੇ ਆ, ਤੇ ਮਨ ਮੁਤਾਬ ਮਾੜੇ ਮੋਟੇ ਹੋ ਜਾਂਦੇ ਆ ਤੇ ਹੁਣ ਸਾਰਾ ਕੁਛ ਠੀਕ ਹੋ ਗਿਆ। ਜੇਕਰ ਉਹ ਸਰਗਰਮ ਰਹਿੰਦੇ ਉਮਰ ਦਾ ਤਕਾਜ਼ਾ ਵੀ ਰਹੇ ਉਹਨਾਂ ਦਾ, ਪਰ ਜੇ ਉਹਨਾਂ ਦਾ ਗਲ ਸਰਗਰਮ ਰਹਿੰਦਾ ਤਾਂ ਫਿਰ ਅੱਜ ਨੂੰ ਆਹ ਗੱਲਾਂ ਨਹੀਂ ਸੀ ਹੋਣੀਆਂ। ਜੀ ਬਿਲਕੁਲ। ਸਰ ਉਧਰ ਕਾਂਗਰਸ ਦੀ ਗੱਲ ਕਰਦੇ ਹਾਂ ਜੀ, ਕਾਂਗਰਸ ਪਿਛਲਾ ਕਾਠੋ ਕਲੇਸ਼ ਕਿਤੇ ਵੀ ਮੁੱਕਦਾ ਹੋਇਆ ਨਜ਼ਰ ਨਹੀਂ ਆ ਰਿਹਾ, ਤੇ ਦੂਸਰੇ ਬੰਨੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ 2-2 ਜਣਿਆਂ ਨੂੰ ਟਿਕਟਾਂ ਦਿੱਤੀਆਂ ਜਾਣ, ਪਰ ਇਹ ਸਭ ਕੁਝ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਕਾਂਗਰਸ 'ਚ ਇੱਕ ਪਰਿਵਾਰ ਇੱਕ ਟਿਕਟ ਫਾਰਮੂਲਾ ਪ੍ਰਵਾਨ ਹੋ ਗਿਆ। ਦੇਖੋ ਇਹ ਗੱਲ ਬੜੀ ਵਧੀਆ, ਇਹ ਗੱਲ ਇਵੇਂ ਰਹਿਣੀ ਚਾਹੀਦੀ ਆ, ਕਿਉਂਕਿ ਹਰ ਪਾਰਟੀ ਦੇ ਵਿੱਚ ਟਿਕਟਾਂ ਦੇ ਚਾਹਵਾਨ ਹੁੰਦੇ ਆ, ਕੁੱਝ ਲੋਕਾਂ ਨੇ ਕੰਮ ਕੀਤਾ ਹੁੰਦਾ ਤਾਂ ਟਿਕਟਾਂ ਮਿਲਦੀਆਂ, ਕੁੱਝ ਕੁ ਲੋਕਾਂ ਦੀਆਂ ਸਿਫਾਰਸ਼ਾਂ ਹੁੰਦੀਆਂ, ਕੁੱਝ ਕੁ ਲੋਕਾਂ ਦੇ ਜਵਾੜ ਹੁੰਦੇ ਆ, ਕੁੱਝ ਕੁ ਲੋਕਾਂ ਦਾ ਦਬਾਅ ਹੁੰਦਾ ਬਾਹੂਬਲੀ ਹੁੰਦੇ ਆ। ਸੋ ਗੱਲ ਇਹ ਵੀ ਕਿ ਹੁਣ ਜਿਹੜੀਆਂ ਟਿਕਟਾਂ ਦੀ ਵੰਡ ਤੋਂ ਪਹਿਲੇ ਕਾਂਗਰਸ 'ਚ ਕਲੇਸ਼ ਸ਼ੁਰੂ ਹੋ ਗਿਆ ਸੀ, ਇਹਨੂੰ ਰੋਕਣ ਦੇ ਲਈ ਸਾਰਾ ਕੁੱਝ ਕੀਤਾ ਗਿਆ, ਕਿਉਂਕਿ ਪੰਜਾਬ ਦੇ ਕਈ ਵੱਡੇ ਨੇਤਾ ਜਿਹੜੇ ਉਹ ਜੋ ਜੋ ਟਿਕਟਾਂ ਭਾਲਦੇ ਆ, ਬੀਬੀ ਰਵਿੰਦਰ ਕੌਰ ਭੱਖਲ ਕਹਿੰਦੇ ਵੀ ਮੈਨੂੰ ਤਾਂ ਮਿਲਦੀ ਹੁੰਦੀ ਟਿਕਟ ਮੇਰੇ ਜਵਾਈ ਨੂੰ ਵੀ ਮਿਲੇ, ਉਦੋਂ ਲਾਲ ਸਿੰਘ ਕਹਿੰਦੇ ਵੀ ਮੈਨੂੰ ਤਾਂ ਮਹਿੰਗੀ ਮਹਿੰਗੀ ਮੇਰੇ ਮੁੰਡੇ ਨੂੰ ਵੀ ਮਿਲੇ, ਰਾਣਾ ਗੁਰਜੀਤ ਸਿੰਘ ਕਹਿੰਦੇ ਮੈਨੂੰ ਤਾਂ ਮਹਿੰਗੀ ਮਹਿੰਗੀ ਮੇਰੇ ਮੁੰਡੇ ਨੂੰ ਵੀ ਮਿਲੇ, ਚਰਨਜੀਤ ਸਿੰਘ ਕਹਿੰਦੇ ਨੂੰ ਟਿਕਟ ਚਲੋ ਮਹਿੰਗੀ ਮੁੱਖ ਮੰਤਰੀ ਆ ਉਹ ਕਹਿੰਦੇ ਮੇਰੇ ਭਰਾ ਨੂੰ ਵੀ ਮਿਲੇ, ਇਹੋ ਜਿਹੀਆਂ ਖਬਰਾਂ ਆਉਣ ਲੱਗ ਪਈਆਂ ਸੀ ਜਿਹਦੇ ਕਰਕੇ ਕਾਂਗਰਸ ਦੇ ਵਿੱਚ ਹੁਣ ਕਲੇਸ਼ ਵੱਧ ਰਿਹਾ ਸੀ। ਅਗਲੀ ਗੱਲ ਇਹ ਹੈ ਵੀ ਇਹ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਫਾਰਮੂਲਾ ਅਪਣਾਇਆ ਸੀ, ਇੱਕ ਪਰਿਵਾਰ ਇੱਕ ਟਿਕਟ। ਹੁਣ ਤੁਸੀਂ ਸੋਚ ਕੇ ਦੇਖੋ ਵੀ ਜੇਕਰ ਇੱਕ ਬੰਦੇ ਦੇ ਟਿਕਟ ਅੱਧਰ ਨੂੰ 2-2 ਟਿਕਟਾਂ ਮਿਲਦੀਆਂ ਤਾਂ ਫਿਰ ਨਵੇਂ ਨੂੰ ਕਿੱਥੇ ਕਦੇ ਮੌਕਾ ਮਿਲਣਾ, ਉਦੋਂ ਨੂੰ ਉਹਨਾਂ ਦੇ ਜਵਾਕ ਜਵਾਨ ਹੋ ਜਾਣਗੇ ਤੇ ਤੀਜੀ ਪੀੜ੍ਹੀ ਰਾਜਨੀਤੀ ਕਹੋਗੀ ਹੁਣ ਤਾਂ ਮਤਲਬ ਟਿਕਟਾਂ ਚਾਹੀਦੀਆਂ, ਜੇ ਦਾਦਾ ਤੁਰ ਗਿਆ ਤਾਂ ਫਿਰ ਪਿਓ ਪੁੱਤ ਫੇਰ ਆ ਗਏ ਜਾਂ ਅਗਲੀ ਪੀੜ੍ਹੀ ਫੇਰ ਆ ਗਈ। ਸੋ ਇਹ ਆ ਰਾਜਨੀਤੀ ਦੇ ਵਿੱਚ ਪਰਿਵਾਰਵਾਦ ਦੀ ਇੱਕ ਬਹੁਤ ਵੱਡੀ ਉਦਾਹਰਨ। ਸੋ ਇਹ ਚੰਗੀ ਗੱਲ ਆ ਕਾਂਗਰਸ ਨੇ ਇਸ ਗੱਲ ਨੂੰ ਸਮਝਿਆ ਵੀ ਇੱਕ ਪਰਿਵਾਰ ਇੱਕ ਟਿਕਟ ਹੀ ਦੇਣੀ ਆ, ਤੇ ਇਸ ਗੱਲ ਦਾ ਫੈਸਲਾ ਦਿੱਲੀ ਦੇ ਵਿੱਚ ਸਕਰੀਨਿੰਗ ਕਮੇਟੀ ਦੇ ਵਿੱਚ ਹੋਇਆ, ਤੇ ਇਹ ਫੈਸਲਾ ਪੰਜਾਬ ਦੇ ਕਈ ਉਹਨਾਂ ਵੱਡੇ ਨੇਤਾਵਾਂ ਨੂੰ ਝਟਕਾ ਦੇਣ ਵਾਲਾ ਜਿਹੜਾ ਕਿ ਤਿਆਰੀਆਂ ਕੀਤੀ ਬੈਠੇ ਸੀ ਵੀ ਕਦੇ ਟੱਬਰ ਦੇ ਹੋਰ ਜੀਆਂ ਨੂੰ ਵੀ ਟਿਕਟਾਂ ਮਿਲਣਗੀਆਂ। ਜੀ ਬਿਲਕੁਲ। ਤੇ ਸਰ ਉਧਰ ਰਾਘਵ ਚੱਡਾ ਦੀ ਫੋਟੋ ਜਿਹੜੀ ਬੱਬੂ ਮਾਨ ਦੇ ਨਾਲ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਕਹਿੰਦੇ ਰਾਘਵ ਚੱਡਾ ਨੇ ਬੱਬੂ ਮਾਨ ਨਾਲ ਮੀਟਿੰਗ ਕੀਤੀ ਹੈ। ਤਾਂ ਬਿਲਕੁਲ ਜੀ, ਰਾਘਵ ਚੱਡਾ ਨੇ ਬੱਬੂ ਮਾਨ ਦੇ ਨਾਲ ਮੀਟਿੰਗ ਕੀਤੀ ਹੈ, ਜਿਹੜੀ ਉਹਦੀ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਇਹ ਮੀਟਿੰਗ ਇਸ ਮੌਕੇ ਦੇ ਉੱਤੇ ਹੋਈ ਹੈ ਜਦੋਂ ਚੋਣਾਂ ਸਿਰ ਦੇ ਉੱਤੇ ਹੈ। ਰਾਘਵ ਚੱਡਾ ਬੱਬੂ ਮਾਨ ਨੂੰ ਮਿਲੇ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਪੋਸਟ ਕੀਤੀ ਹੈ ਤੇ ਉੱਤੇ ਲਿਖਿਆ ਜਿਸ ਮਸ਼ਹੂਰ ਗਾਇਕ ਬੱਬੂ ਮਾਨ ਨਾਲ ਮੁਲਾਕਾਤ, ਤੇ ਬਹੁਤ ਸਾਰੇ ਪੰਜਾਬ ਦੇ ਭੱਖਦੇ ਮੁੱਦਿਆਂ ਦੇ ਉੱਤੇ ਚਰਚਾ ਹੋਈ।
ਹੁਣ ਦੇਖੋ ਵੀ ਕਈ ਲੋਕ ਤਾਂ ਇਹ ਅੰਦਾਜ਼ਾ ਲਾਉਂਦੇ ਆ ਕਿ ਬੱਬੂ ਮਾਨ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਸਕਦੇ ਆ, ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਸਕਦਾ। ਮੈਨੂੰ ਇਹ ਲੱਗਦਾ ਜੀ ਕਿ ਬੱਬੂ ਮਾਨ ਇਸ ਤਰੀਕੇ ਨਾਲ ਸਰਗਰਮ ਰਾਜਨੀਤੀ ਦੇ ਵਿੱਚ ਆਊਗਾ, ਪਰ ਹਾਂ ਬੱਬੂ ਮਾਨ ਨੇ ਆਪਣੇ 37 ਸਾਲ ਦੋਸਤਾਂ ਨੂੰ ਲੈ ਕੇ ਤੇ ਜਥੇਬੰਦੀ ਬਣਾਈ ਹੈ ਦੀਪ ਦਾ ਪੰਜਾਬ, ਤੇ ਉਹਦੇ ਵਿੱਚ ਇੱਕ ਏਜੰਡਾ ਵੀ ਜਾਰੀ ਕੀਤਾ ਵੀ ਭਾਈ ਜਿਹੜੀ ਪਾਰਟੀ ਸਾਡੇ ਇਸ ਏਜੰਡੇ ਨੂੰ ਮੰਨੂਗੀ ਤੇ ਅਸੀਂ ਉਹਦੇ ਨਾਲ ਚੱਲਾਂਗੇ ਮਿਲ ਕੇ, ਤੇ ਜਿਹੜੀ ਨਹੀਂ ਮੰਨੂਗੀ ਤੇ ਉਹਦੀ ਅਸੀਂ ਖਿਲਾਫ਼ ਵੀ ਕਰਾਂਗੇ। ਸੋ ਮੈਂ ਸੋਚ ਰਿਹਾ ਜਿੱਥੇ ਚੰਗੀ ਗੱਲ ਹੈ, ਚਲੋ ਕੋਈ ਨਾ ਕੋਈ ਏਜੰਡਾ ਤਾਂ ਹੋਣਾ ਚਾਹੀਦਾ ਹੀ ਆ ਹਰ ਜਥੇਬੰਦੀ ਦਾ ਵੀ ਇਹਨੂੰ ਲਾਗੂ ਕਿਵੇਂ ਕਰਨਾ, ਆਹ ਗੱਲ ਕਿਵੇਂ ਕਰਨੀ ਹੈ। ਬਾਕੀ ਦੇਖੋ ਰਾਜਨੀਤੀ ਦੇ ਵਿੱਚ ਆਉਂਦੇ ਸਮੇਂ ਤੇ ਕੀ ਬਣਦਾ, ਪਰ ਬੱਬੂ ਮਾਨ ਦੇ ਨਾਲ ਜੋ ਰਾਘਵ ਚੱਡਾ ਦੀ ਮੀਟਿੰਗ ਆ, ਜੋ ਫੋਟੋ ਸਾਹਮਣੇ ਆਈ ਹੈ, ਇਹਦੇ ਵਿੱਚ ਬੜੀ ਚਰਚਾ ਖੜੀ ਹੈ। ਸਰ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਬੇਅਦਬੀ ਹੋਈ ਉਸ ਤੋਂ ਬਾਅਦ ਵਿੱਚ ਹਰ ਰੋਜ਼ ਨਵੀਆਂ ਪਰਤਾਂ ਉਸ ਮਾਮਲੇ ਦੇ ਵਿੱਚ ਖੁੱਲਦੀਆਂ ਪਈਆਂ ਨੇ। ਹੁਣ ਖਬਰ ਇਹ ਆ ਰਹੀ ਹੈ ਕਿ ਜਿਹੜਾ ਬੇਅਦਬੀ ਕਰਨ ਵਾਲਾ ਸ਼ਖਸ ਸੀ ਉਹ 15 ਦਸੰਬਰ ਤੋਂ ਅੰਮ੍ਰਿਤਸਰ ਦੇ ਵਿੱਚ ਸੀ। ਹਾਂ ਬਿਲਕੁਲ, ਦਰਬਾਰ ਸਾਹਿਬ ਦੇ ਵਿੱਚ ਜੋ ਪਿਛਲੇ ਦਿਨ ਬੇਅਦਬੀ ਹੋਈ ਹੈ ਤੇ ਉਹਦੇ ਬਾਬਤ ਹਰ ਰੋਜ਼ ਨਵੀਆਂ ਨਵੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ। ਹੁਣ ਜਿਹੜਾ ਵੈਸੇ ਤਾਂ ਬੰਦਾ ਨਹੀਂ ਹੈ, ਜਦੋਂ ਉਹਦੀ ਤਾਂ ਜਾਣਕਾਰੀ ਹੈ ਜਿਹੜੀ ਉਹ ਹੁਣ ਸਿਰਫ ਜਿਹੜੀਆਂ ਵੀਡੀਓ ਫੁਟੇਜ ਦੇ ਆਧਾਰ ਦੇ ਉੱਤੇ ਸਾਂਝੀ ਕੀਤੀ ਜਾ ਰਹੀ। ਪਰ ਗੱਲ ਇਹ ਵੀ ਕਿ ਜਦੋਂ ਬੰਦਾ ਤੁਰ ਗਿਆ ਤੇ ਹੁਣ ਅੰਦਾਜ਼ੇ ਜਿਵੇਂ ਆਪਾਂ ਮਰਜ਼ੀ ਲਾ ਲਈਏ ਕਿ ਇਸੇ ਦੇ ਪਿੱਛੇ ਆਹ ਕਾਰਨ ਸੀ, ਇਸੇ ਦੇ ਪਿੱਛੇ ਆਹ ਵੀ ਕਾਰਨ ਹੋਇਆ। ਹੁਣ ਪੁਲਿਸ ਦੇ ਵੱਲੋਂ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਹੈ, ਉਹਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਵੀ ਜੋ ਅਸੀਂ ਕੁੱਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆ ਜਿਹੜੀ ਉਹ ਪੜਤਾਲੀ ਹੈ, ਉਹਦੇ ਮੁਤਾਬਕ ਇਹ 15 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਆ ਗਿਆ ਸੀ। 16, 17 ਤੇ 18 ਤਰੀਕ ਨੂੰ ਇਹ ਮੁੰਡਾ ਵਾਰ ਵਾਰ ਦਰਬਾਰ ਸਾਹਿਬ ਦੇ ਵਿੱਚ ਗਿਆ। 16 ਤਰੀਕ ਨੂੰ ਇਹਦੇ ਵੱਲੋਂ ਕਈ ਵਾਰ ਮੱਥਾ ਟੇਕਿਆ ਗਿਆ, 17 ਤਰੀਕ ਨੂੰ ਇਹਦੇ ਵੱਲੋਂ ਕਈ ਵਾਰ ਮੱਥਾ ਟੇਕਿਆ ਗਿਆ, ਤੇ ਇਹ ਕੋਈ ਅਚਾਨਕ ਹੋਇਆ ਨਹੀਂ, ਇਹਦੇ ਵੱਲੋਂ ਹੋ ਸਕਦਾ ਪੂਰੀ ਪ੍ਰੀ ਪਲੈਨ ਤਰੀਕੇ ਦੇ ਨਾਲ ਕਾਰਨ ਦਿੱਤਾ ਗਿਆ। ਇਹ ਵੀ ਗੱਲ ਕਹੀ ਗਈ ਹੈ ਕਿ ਜਿਸ ਤਰੀਕੇ ਨਾਲ ਇਹ ਇੱਕ ਦਿਨ ਜਾ ਕੇ ਜਿਹੜੀ ਧਰਮ ਸਿੰਘ ਮਾਰਕੀਟ ਹੈ ਤੇ ਉਹਦੇ ਵਿੱਚ ਵਾਰ ਵਾਰ ਬੈਠਾ ਰਿਹਾ, ਤੇ ਉੱਥੇ ਜਿਹੜੇ ਕੁੱਤਿਆਂ ਦੇ ਲਈ ਕੰਬਲ ਵਿਛਾਇਆ ਸੀ ਉਹ ਵੀ ਇਹਨੇ ਆਪਦੇ ਉੱਤੇ ਲੈ ਲਿਆ ਸੀਗਾ। ਸਵੇਰੇ ਆ ਕੇ ਦੁਕਾਨਦਾਰਾਂ ਨੇ ਇਹਨੂੰ ਪਛਾਇਆ, ਫਿਰ ਇਹ ਦਰਬਾਰ ਸਾਹਿਬ ਚਲਾ ਜਾਂਦਾ ਸੀ ਵੀ ਇਹ ਪਿਛਲੇ ਕਈ ਦਿਨਾਂ ਤੋਂ ਦਰਬਾਰ ਸਾਹਿਬ ਦੇ ਵਿੱਚ ਸੀ, ਆ ਰਿਹਾ ਸੀ ਜਾ ਰਿਹਾ ਸੀ, ਬਾਹਰੋਂ ਮਾਹੌਲ ਵਾਚ ਕਰ ਰਿਹਾ ਸੀ। ਹੁਣ ਪੁਲਿਸ ਨੂੰ ਕਈ ਜਾਣਕਾਰੀ ਦਿੱਤੀ ਗਈ ਹੈ, ਇਹਦੇ ਵਿੱਚ ਕਿੰਨੀ ਸਿਕਾਈ ਆ ਕੇ ਕਹਿ ਨਹੀਂ ਸਕਦੀ ਜੀ। ਸਰ ਹੁਣ ਗੱਲ ਕਰਦੇ ਹਾਂ ਮਾਨਸੇ ਦੀ। ਮਾਨਸੇ ਦੇ ਵਿੱਚ ਜਿਹੜਾ ਲਾਠੀਚਾਰਜ ਹੋਇਆ ਸੀ ਉਹਦੀਆਂ ਬਹੁਤ ਸਾਰੀਆਂ ਵੀਡੀਓਜ਼, ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਪਰ ਕਹਿੰਦੇ ਕਿ ਲਾਠੀਚਾਰਜ ਕਰਨ ਵਾਲੇ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ। ਦੇਖੋ ਦੁੱਖ ਹੈ ਜੀ ਇਸ ਗੱਲ ਦਾ ਕਿ ਲਾਠੀਚਾਰਜ ਕਰਨ ਵਾਲੇ ਦੇ ਉੱਤੇ ਕਾਰਵਾਈ ਨਹੀਂ ਹੋਈ। ਦੁੱਖ ਹੈ ਇਸ ਗੱਲ ਦਾ ਕਿ ਲਾਠੀਚਾਰਜ ਕਰਨ ਵਾਲਾ ਜਿਹੜਾ ਜਿਸ ਵੀ ਰਿਹਾ ਵੀਡੀਓ ਦੇ ਵਿੱਚ ਉਹਦੀ ਗੁੰਡਾਗਰਦੀ ਵੀ ਨਜ਼ਰ ਆ ਰਹੀ ਹੈ। DSP ਔਰ ਪੰਜਾਬ ਪੁਲਿਸ ਦਾ ਸਿਵਲ ਵਰਦੀ ਦੇ ਵਿੱਚ ਹੈ ਕਿ ਪੁਲਿਸ ਨੇ ਕੁਛ ਨਹੀਂ ਕੀਤਾ ਇਸ ਮਾਮਲੇ ਦੇ ਵਿੱਚ, ਆਪਦੇ ਭਰਾ ਬੰਦੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਥੇਬੰਦੀ ਦਾ ਜਿਹੜੀਆਂ ਉਹਨਾਂ ਦਾ ਕਸੂਰ ਕੋਈ ਨਹੀਂ ਸੀ। ਮਾਨਸੇ ਦੇ ਮੁੱਖ ਮੰਤਰੀ ਚੰਨੀ ਹੋਈ ਆਏ ਸੀ, ਉਹਨਾਂ ਨੇ ਉੱਥੇ ਸੰਬੋਧਨ ਕਰਨਾ ਸੀ, ਬੇਰੁਜ਼ਗਾਰ ਅਧਿਆਪਕਾਂ ਨੇ ਉੱਥੇ ਨਾਅਰੇਬਾਜ਼ੀ ਕੀਤੀ ਹੈ, ਉਹਨੇ ਛੱਲੀਆਂ ਵਾਂਗੂ ਅਧਿਆਪਕ ਕੁੱਟੇ ਆ। ਹੁਣ ਕੱਲ੍ਹ ਉਗਰਾਹਾਂ ਨੇ ਜਦੋਂ ਮੀਟਿੰਗ ਕੀਤੀ ਆ, ਉਹਨਾਂ ਨੇ ਇਸ ਮੁੱਦੇ ਤੇ ਵੀ ਚੁੱਕਿਆ ਵੀ ਬੇਰੁਜ਼ਗਾਰ ਅਧਿਆਪਕਾਂ ਤੇ ਹੋਏ ਲਾਠੀਚਾਰਜ ਦੇ ਲਈ ਜ਼ਿੰਮੇਵਾਰੀ ਕੌਣ ਲੈਂਦਾ, ਤੇ ਜਿਹਨੇ ਲਾਠੀਚਾਰਜ ਕੀਤਾ ਉਹਦੇ ਖਿਲਾਫ਼ ਕੀ ਕਾਰਵਾਈ ਕਰਦੇ ਹਾਂ। ਤਾਂ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਬਹੁਤ ਜਲਦ ਇਹਨੂੰ ਅਸੀਂ ਮੁਅੱਤਲ ਵੀ ਕਰ ਰਹੇ ਹਾਂ ਤੇ ਇਹਦੇ ਖਿਲਾਫ਼ ਬਣਦੀ ਕਾਰਵਾਈ ਵੀ ਹੋਊਗੀ, ਇਹਨੂੰ ਸਜ਼ਾ ਵੀ ਮਿਲੇਗੀ, ਸਾਰਾ ਕੁੱਝ ਹੋਊਗਾ। ਤੇ ਉਹਨੇ ਜੋ ਕੀਤਾ ਬਹੁਤ ਗਲਤ ਕੀਤਾ। ਚਲੋ ਮੈਂ ਸੋਚਦਾ ਵੀ ਉਗਰਾਹਾਂ ਜਿੱਥੇ ਬੰਦੀ ਦਾ ਇਸ ਗੱਲ ਤਾਂ ਮੈਂ ਦੱਸਣ ਮੰਨਦਾ ਵੀ ਚੰਗੀ ਕਿਸਾਨੀ ਦੀ ਗੱਲ ਨਹੀਂ ਕਰਦੇ, ਬਾਕੀ ਮੁੱਦਿਆਂ ਦੇ ਉੱਤੇ ਵੀ ਗੱਲ ਕਰਦੇ ਆ। ਜਿਹੜੇ ਵੀ ਬਣਦੇ ਮੁੱਦੇ ਆ ਪੰਜਾਬ ਦੇ, ਭਾਵੇਂ ਬੇਰੁਜ਼ਗਾਰ ਜਵਾਨ ਨੌਜਵਾਨਾਂ ਦੇ ਆ, ਭਾਵੇਂ ਕਿਸਾਨ ਦੇ ਆ, ਭਾਵੇਂ ਕਿਸੇ ਹੋਰ ਦੇ ਮਜ਼ਦੂਰ ਦੇ ਆ, ਉਹ ਸਾਰਿਆਂ ਦੀ ਗੱਲ ਕਰਦੇ ਆ। ਤੇ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਜਲਦ ਇਸ ਅਧਿਕਾਰੀ ਨੂੰ ਹਟਾ ਦਿੱਤਾ ਜਾਊਗਾ ਜੀ। ਪਰ ਸਰ ਬੜੀ ਹੈਰਾਨੀ ਹੁੰਦੀ ਹੈ ਕਿ ਵਾਰ ਵਾਰ ਆਮ ਲੋਕਾਂ ਨੂੰ ਯਾਦ ਕਰਵਾਉਣਾ ਪੈਂਦਾ ਵੀ ਸਾਡੇ ਉੱਪਰ ਇਹ ਤਸ਼ੱਦਦ ਹੋਇਆ ਸੀ, ਸਾਡੇ ਉੱਪਰ ਡਾਂਗਾਂ ਭਰਾਈਆਂ ਗਈਆਂ ਸੀ, ਉਸ ਮਾਮਲੇ 'ਚ ਵੀ ਕੁੱਝ ਕਰੋ, ਨਹੀਂ ਤਾਂ ਸਰਕਾਰਾਂ ਤਾਂ ਭੁੱਲੀਆਂ ਬੈਠੀਆਂ ਨੇ। ਨਹੀਂ, ਸਰਕਾਰਾਂ ਨੂੰ ਯਾਦ ਕਿੱਥੇ ਰਹਿਣਾ ਸੀ, ਸਰਕਾਰਾਂ ਨੇ ਕੀ ਕੀਤੇ ਇਹ ਗੱਲਾਂ? ਸਰਕਾਰਾਂ ਉਹ ਤਾਂ ਤੜਕਾ ਲੋਕ ਆ, ਉਹਨਾਂ ਨੂੰ ਤਾਂ ਇਹ ਆ ਵੀ ਅਸੀਂ ਨਾਰੇ ਕਿਵੇਂ ਲਾਉਣੇ, ਅਸੀਂ ਐਲਾਨ ਕਿਵੇਂ ਕਰਨੇ ਆ। ਜੇ ਤਾਂ ਹੋਵੇ ਕੋਈ ਆਪਦੇ ਨਾਲ ਧੱਕਾ ਹੋਇਆ, ਫਿਰ ਤਾਂ ਕਿਤੇ ਰਹੇ ਦੂਜੇ ਨਾਲ ਹੋਇਆ, ਧੱਕਾ ਕੌਣ ਕਿਤੇ ਰੱਖਦਾ ਅੱਜ ਕੱਲ੍ਹ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਤੇ ਠੰਡ ਨੇ ਜ਼ੋਰ ਫੜਿਆ ਹੋਇਆ ਪੰਜਾਬ ਦੇ ਵਿੱਚ। ਬਿਲਕੁਲ ਜੀ, ਠੰਡ ਤਾਂ ਹੈਗੀ ਆ ਪੰਜਾਬ ਦੇ ਵਿੱਚ, ਪਰ ਕੱਲ੍ਹ ਤੇ ਪਰਸੋਂ ਦੋ ਦਿਨ ਸੋਹਣੀ ਧੁੱਪ ਨਿਕਲੀ ਹੈ। ਅੱਜ ਜਦੋਂ 10:35 ਦੇ ਵਿੱਚ ਆਪਾਂ ਸਵੇਰ ਦੇ ਵੇਲੇ ਖਬਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਬਾਹਰ ਧੁੱਪ ਨਿਕਲੀ ਹੋਈ ਹੈ, ਤੇ ਜਿਹੜੀ ਸੋਹਣੀ ਧੁੱਪ ਨਿਕਲ ਰਹੀ ਹੈ ਇਹਦੇ ਕਰਕੇ ਠੰਡ ਥੋੜ੍ਹੀ ਜਿਹੀ ਘਟੀ ਹੈ, ਤੇ ਮੌਸਮ ਵਿਭਾਗ ਨੇ ਕਿਹਾ ਜੀ ਕਿ ਅਗਲੇ ਹਫ਼ਤੇ ਠੰਡ ਫਿਰ ਜ਼ੋਰ ਫੜੂਗੀ।
ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨਾ ਹੀ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ